ਪੀਐਸਟਟ ਦੀ ਹਰ ਇੱਕ ਅਪਡੇਟ ਨੂੰ ਜਾਣਨ ਲਈ ਸਾਡਾ ਚੈਨਲ ਮਾਸਟਰ ਕੈਡਰ ਯੂਨੀਅਨ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਅਪਡੇਟ ਜਿਹੜੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਾਸਟਰ ਕੈਡਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ ਪੀਐਸਟਟ ਪੇਪਰ 2 ਦੇ ਵਿੱਚੋਂ ਜਿਹੜਾ ਤੁਸੀਂ ਓਬਜੈਕਸ਼ਨ ਲਾਉਣੀ ਹੈ ਗ੍ਰੇਸ ਅੰਕ ਲੈਣ ਲਈ ਤਾਂ ਕੱਲ ਨੂੰ ਉਸ ਦਾ ਲਾਸਟ ਦਿਨ ਹੈ ਤੁਹਾਡੇ ਕੋਲੇ ਹਲੇ ਵੀ ਇੱਕ ਦਿਨ ਹੋਰ ਪਿਆ ਹੈ ਤਾਂ ਅਸੀਂ ਤੁਹਾਨੂੰ ਚਾਰ ਉਹ ਸਵਾਲ ਦੱਸਾਂਗੇ ਜਿਨ੍ਹਾਂ ਤੇ ਜੇਕਰ ਤੁਸੀਂ ਓਬਜੈਕਸ਼ਨ ਲਾਉਣੇ ਹੋ ਤਾਂ ਤੁਹਾਡੇ ਚਾਰ ਨੰਬਰ ਜਿਹੜੇ ਉਹ ਪੱਕੇ ਹੋ ਸਕਦੇ ਆ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੇ ਧਿਆਨ ਨਾਲ ਸੁਣਿਓ ਤੇ ਇੱਕ ਸੀ ਟੈਲੀਗ੍ਰam ਦਾ ਤੁਹਾਨੂੰ ਗਰੁੱਪ ਲਿੰਕ ਦੇਵਾਂਗੇ ਕਮੈਂਟ ਬਾਕਸ ਦੇ ਵਿੱਚ ਤਾਂ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰ ਲਿਓ ਉੱਥੇ ਆਪਾਂ ਇਹਨਾਂ ਚਾਰਾਂ ਸਵਾਲਾਂ ਦੇ ਜਿਹੜੇ ਵਿੱਦ ਪ੍ਰੂਫ ਪ੍ਰੂਫ ਉੱਥੇ ਤੁਹਾਨੂੰ ਸੈਂਡ ਕਰ ਦਾਂਗੇ ਤੁਸੀਂ ਇਹਨਾਂ ਸਵਾਲਾਂ ਤੇ ਓਬਜੈਕਸ਼ਨ ਲਾਉਂਗੇ ਜੇ ਵੱਧ ਤੋਂ ਵੱਧ ਤਾਂ ਤੁਹਾਡੇ ਚਾਰ ਨੰਬਰ ਆ ਜਿਹੜੇ ਉਹ ਬਿਲਕੁਲ ਪੱਕੇ ਹੋ ਸਕਦੇ ਆ ਇਤੇ ਕੋਈ ਇਹ ਨਹੀਂ ਹੈਗਾ ਕਿ ਮੈਥ ਵਾਲੇ ਜਾਂ ਐਸਐਸਟੀ ਵਾਲੇ ਲਾਉਣਾ ਇਹ ਚਾਰੇ ਸਵਾਲਾਂ ਤੇ ਮੈਥ ਵਾਲੇ ਵੀ ਲਾ ਸਕਦੇ ਆ ਐਸਐਸਟੀ ਵਾਲੇ ਵੀ ਲਾ ਸਕਦੇ ਆ ਬਾਕੀ ਸਬਜੈਕਟਾਂ ਵਾਲੇ ਵੀ ਇਹ ਚਾਰੇ ਸਵਾਲਾਂ ਤੇ ਜਿਹੜਾ ਉਹ ਓਬਜੈਕਸ਼ਨ ਲਾ ਸਕਦੇ ਆ ਇਸ ਕਰਕੇ ਆਪਾਂ ਵਿਧੂ ਪ੍ਰੂਫ ਤੁਹਾਨੂੰ ਪ੍ਰੋਪਰ ਸਮਝਾਵਾਂਗੇ ਕਿ ਇਹ ਚਾਰੇ ਸਵਾਲਾਂ ਦੇ ਵਿੱਚੋਂ ਤੁਹਾਡੇ ਨੰਬਰ ਕਿਵੇਂ ਬਣ ਸਕਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਇਹ ਤੇ ਓਬਜੈਕਸ਼ਨ ਲੱਗੇ ਜਿੰਨੀ ਜਿਆਦਾ ਓਬਜੈਕਸ਼ਨ ਲੱਗੂਗੀ ਇਹਨਾਂ ਸਵਾਲਾਂ ਤੇ ਓਨੀ ਜਿਆਦਾ ਤੁਹਾਡਾ ਲਈ ਪਲੱਸ ਪੁਆਇੰਟ ਹੋਊਗਾ ਕਿ ਤੁਹਾਨੂੰ ਜਿਹੜਾ ਓਬਜੈਕਸ਼ਨ ਦੇ ਨੰ ਜੇਕਰ ਤੁਹਾਡੇ ਨੰਬਰ 4 ਜਾਂ 3 ਘਟਦੇ ਨੇ ਤਾਂ ਤੁਹਾਡੇ ਲਈ ਪਲੱਸ ਪੁਆਇੰਟ ਸਾਬਤ ਹੋਊਗੀ ਵੀਡੀਓ ਤੇ ਦੂਸਰਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਕਿਉਂਕਿ ਇਹ ਚੈਨਲ ਪੀਐਸਟੈਟ ਦੀ ਹਰ ਇੱਕ ਅਪਡੇਟ ਆ ਤੇ ਨਾਲ ਨਾਲ ਤੁਹਾਨੂੰ ਮਾਸਟਰ ਕੈਡਰ ਜੇਕਰ ਤੁਸੀਂ ਪੀਐਸਟੈਟ ਕੁਆਲੀਫਾਈ ਕਰਦੇ ਹੋ ਤਾਂ ਮਾਸਟਰ ਕੈਡਰ ਲਈ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੂਗਾ ਕਿਉਂਕਿ ਡਿਪਾਰਟਮੈਂਟ ਦੇ ਵਿੱਚ ਆਪਣੇ ਵਧੀਆ ਲਿੰਕ ਹੋਣ ਕਰਕੇ ਡਿਪਾਰਟਮੈਂਟ ਵਿੱਚੋਂ ਹਰ ਇੱਕ ਅਪਡੇਟ ਨਵੀਂ ਭਰਤੀ ਬਾਰੇ ਜਾਂ ਕੋਈ ਵੀ ਮਾਸਟਰ ਕੈਟਰ ਬਾਰੇ ਕੋਈ ਛੋਟੀ ਵੱਡੀ ਅਪਡੇਟ ਹੁੰਦੀ ਹੈ ਤਾਂ ਤੁਸੀਂ ਵੀਡੀਓ ਵੀ ਆਪਣੀਆਂ ਦੇਖ ਸਕਦੇ ਹੋ ਕਿ ਸਾਡੇ ਕੋਲੇ ਕੱਲੀ ਕੱਲੀ ਇਨਫੋਰਮੇਸ਼ਨ ਪਹੁੰਚਦੀ ਹੈ ਡਿਪਾਰਟਮੈਂਟ ਦੇ ਵਿੱਚੋਂ ਇਸ ਕਰਕੇ ਇਹ ਚੈਨਲ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗਾ ਪੀਐਸ ਟੈਟ ਲਈ ਵੀ ਤੇ ਮਾਸਟਰ ਕੈਟਰ ਲਈ ਵੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਿਨਾ ਸਕਿਪ ਕੀਤੇ ਧਿਆਨ ਨਾਲ ਸੁਣਿਓ ਅਸੀਂ ਤੁਹਾਨੂੰ ਦੱਸਾਂਗੇ ਕਿ ਓਬਜੈਕਸ਼ਨ ਕਿਹੜੇ-ਕਿਹੜੇ ਸਵਾਲਾਂ ਤੇ ਤੁਸੀਂ ਲਾਉਣੀਆਂ ਹਨ ਤਾਂ ਕਿ ਚਾਰ ਨੰਬਰ ਜਿਹੜੇ ਤੁਹਾਡੇ ਉਹ ਪੱਕੇ ਹੋ ਸਕਦੇ ਆ ਤਾਂ ਹੁਣ ਆਪਾਂ ਉਹਨਾਂ ਸਵਾਲਾਂ ਬਾਰੇ ਗੱਲ ਵੀਡੀਓ ਨੂੰ ਬਿਨਾ ਸਕਿਪ ਕੀਤੇ ਧਿਆਨ ਨਾਲ ਸੁਣਿਓ ਜਿਹੜੇ ਉਹ ਚਾਰ ਸਵਾਲ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਅਸੀਂ ਏ ਪੇਪਰ ਦੇ ਅਕੋਰਡਿੰਗ ਤੁਹਾਨੂੰ ਦੱਸਾਂਗੇ ਚਾਰੇ ਸਵਾਲਾਂ ਸਭ ਤੋਂ ਪਹਿਲਾਂ ਤਾਂ ਇੱਕ ਨੰਬਰ ਸਵਾਲ ਜਿਹੜਾ ਇਹ ਜਿਹੜਾ ਏ ਬੁੱਕਲੈਟ ਸੀਰੀਜ਼ ਦਾ ਇੱਕ ਨੰਬਰ ਸਵਾਲ ਹੈ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਬਾਕੀ ਜੇਕਰ ਤੁਹਾਡਾ ਬੀ ਸੈੱਟ ਆ ਸੀ ਸੈੱਟ ਆ ਤਾਂ ਉਹਦੇ ਨਾਲ ਮਿਲਾ ਲਿਓ ਜਿਹਦੇ ਵਿੱਚ ਕਿਹਾ ਪਿਆਜੇ ਦੀ ਵਿਕਾਸ ਸੰਬੰਧੀ ਸਿਧਾਂਤ ਮੁਤਾਬਕ ਬੱਚਾ ਕਿਸ ਪੜਾ ਤੇ ਉਹਨਾਂ ਧਾਰਨਾਵਾਂ ਤੇ ਖਿਆਲਾਂ ਨਾਲ ਨਿਪਟਦਾ ਹੈ ਜੋ ਸਿਰਫ ਮਾਨਸਿਕ ਤੌਰ ਤੇ ਮੌਜੂਦ ਹੁੰਦੇ ਹਨ ਨਾ ਤਾਂ ਇਹਨਾਂ ਵੱਲੋਂ ਇਹਦਾ ਰਾਈਟ ਆਨਸਰ ਜਿਹੜਾ ਉਹ ਕਨਕ੍ਰੀਟ ኦਪਰੇਸ਼ਨਲ ਸਟੇਜ ਦੱਸਿਆ ਗਿਆ ਏ ਆਪਸ਼ਨ ਪਰ ਜਦਕਿ ਆਪਣੇ ਅਕੋਰਡਿੰਗ ਇਹਦਾ ਰਾਈਟ ਆਨਸਰ ਜਿਹੜਾ ਉਹ ਬੀ ਬਣੂਗਾ ਫਾਰਮੂਲਾ ოਪਰੇਸ਼ਨ ਸਟੇਜ ਤਾਂ ਇਹਦੇ ਸਬੂਤ ਆਪਣੇ ਕੋਲੇ ਹੈਗੇ ਨੇ ਤੁਸੀਂ ਆਪਣੇ ਨਾਲ ਮਲਾ ਲਿਓ ਤਾਂ ਇਹ ਉਹ ਥਿਉਰੀ ਹੈ ਜਿਹੜੀ ਪਿਆਜੇ ਦੀ ਥਿਉਰੀ ਦੀ ਸਟੇਜਸ ਦੀ ਥਿਉਰੀ ਹੈ ਜਿਹੜੀ ਤਾਂ ਇਹ ਉਹਦਾ ਪ੍ਰੂਫ ਹੈ ਅਸੀਂ ਤੁਹਾਨੂੰ ਜਿਹੜਾ ਕਮੈਂਟ ਬਾਕਸ ਦੇ ਵਿੱਚ ਇੱਕ ਟੈਲੀਗ੍ਰਾਮ ਦਾ ਲਿੰਕ ਦਿੱਤਾ ਉਹਦੇ ਵਿੱਚ ਅਸੀਂ ਇਹਨੂੰ ਸੈਂਡ ਕਰ ਦਾਂਗੇ ਤੁਸੀਂ ਇਸ ਜਿਹੜਾ ਸਪਰੂਫ ਨੂੰ ਲਾ ਕੇ ਆਬਜੈਕਸ਼ਨ ਲਾ ਸਕਦੇ ਹਾਂ ਤੁਹਾਡਾ ਇੱਕ ਨੰਬਰ ਬਿਲਕੁਲ ਪੱਕਾ ਹੋਊਗਾ ਇਸ ਦੇ ਇਸ ਤੋਂ ਬਾਅਦ ਏ ਸੈੱਟ ਦਾ ਤਿੰਨ ਨੰਬਰ ਸਵਾਲ ਜਿਹਦੇ ਵਿੱਚ ਕਿ ਸੋਚਣਾ ਯਾਦ ਕਰਨਾ ਥਿੰਕਿੰਗ ਮੈਮਰੀ ਇਮੇਜਿਨੇਸ਼ਨ ਐਂਡ ਕ੍ਰੀਏਟੀਵਿਟੀ ਤੇ ਪ੍ਰੈਪਰੇਸ਼ਨ ਆਰ ਰਿਲੇਟਡ ਟੂ ਵਿਚ ਟਾਈਪ ਆਫ ਦਾ ਡਿਵੈਲਪਮੈਂਟ ਤਾਂ ਇਹਦੇ ਵਿੱਚ ਜਿਹੜੀਆਂ ਸਾਰੇ ਆਪਸ਼ਨਾਂ ਨੇ ਉਹ ਗਲਤ ਨੇ ਇਹਦੇ ਵਿੱਚ ਕੌਗਨੀਟਿਵ ਡਿਵੈਲਪਮੈਂਟ ਜਿਹੜਾ ਸਹੀ ਆਨਸਰ ਬਣੂਗਾ ਇਸ ਦੀ ਵੀ ਆਪਣੇ ਕੋਲੇ ਆ ਇੱਕ ਬੁੱਕ ਹੈ ਇਹ ਅਸੀਂ ਬੁੱਕ ਦੀ ਫੋਟੋ ਵੀ ਤੁਹਾਨੂੰ ਉੱਥੇ ਪਾ ਦਾਂਗੇ ਤੇ ਨਾਲ ਬੁੱਕ ਦੇ ਨਾਲ ਨਾਲ ਆ ਉਹ ਜਿਹੜੀਆਂ ਟਰਮਾਂ ਨੇ ਇਹਦੀਆਂ ਦਿੱਤੀਆਂ ਹੋਈਆਂ ਨੇ ਲੈਂਗੁਏਜ ਡਵੈਲਪਮੈਂਟ ਇਮੋਸ਼ਨਲ ਡਵੈਲਪਮੈਂਟ ਸੋਸ਼ਲ ਡਵੈਲਪਮੈਂਟ ਤਾਂ ਇਹ ਸਾਰੀ ਕਾਗਨੀਟਿਵ ਡਵੈਲਪਮੈਂਟ ਮੈਂਟਲ ਡਵੈਲਪਮੈਂਟ ਤਾਂ ਇਹ ਦਾ ਪ੍ਰੂਫ ਹੈ ਆਪਾਂ ਇਸ ਪ੍ਰੂਫ ਨੂੰ ਤੁਹਾਡੇ ਗਰੁੱਪ ਦੇ ਵਿੱਚ ਪਾ ਦਾਂਗੇ ਇੱਕ ਤੁਹਾਨੂੰ ਬੇਨਤੀ ਦੁਆਰਾ ਤੋਂ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਕਿਉਂਕਿ ਜਿੰਨੀ ਜ਼ਿਆਦਾ 80000 ਬੰਦੇ ਨੇ ਪੇਪਰ ਦਿੱਤਾ ਤਾਂ ਸਾਈਕੋ ਦਾ ਜਿਹੜਾ ਸਬਜੈਕਟ ਆ ਉਹ 80000 ਦੇ 80000 ਬੰਦੇ ਨੇ ਹੀ ਪੇਪਰ ਚ ਦਿੱਤਾ ਹੈ ਹਾਲਾਂ ਹੋ ਸਕਦਾ ਕਿਉਂਕਿ ਮੈਥ ਵਾਲੇ ਅਲੱਗ ਪੇਪਰ ਦਿੰਦੇ ਆ ਐਸਐਸਟੀ ਵਾਲੇ ਅਲੱਗ ਪਰ ਜਿਹੜੀ ਸਾਈਕੋ ਆ ਉਹ ਸਾਰਿਆਂ ਨੂੰ ਸੇਮ ਆਉਂਦੀ ਆ ਇਸ ਕਰਕੇ ਜਿੰਨੀ ਜ਼ਿਆਦਾ ਵੀਡੀਓ ਲੋਕ ਦੇਖਣਗੇ ਜਿੰਨੇ ਜ਼ਿਆਦਾ ਸਾਥੀਆਂ ਤੱਕ ਇਹ ਵੀਡੀਓ ਪਹੁੰਚੂਗੀ ਓਨਾ ਜ਼ਿਆਦਾ ਤੁਹਾਡਾ ਫਾਇਦਾ ਹੋਣਾ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹ ਵੀ ਇਹ ਚਾਰੇ ਸਵਾਲਾਂ ਤੇ ਓਬਜੈਕਸ਼ਨ ਲਾ ਸਕਣਾਂ ਤਾਂ ਇਸ ਤੋਂ ਬਾਅਦ ਜਿਹੜਾ 12 ਨੰਬਰ ਸਵਾਲ ਆ ਏ ਪੇਪਰ ਦਾ ਜਿਹਦੇ ਵਿੱਚ ਪੜਾਉਣ ਦੀ ਉਸ ਵਿਧੀ ਦਾ ਨਾਮ ਦੱਸੋ ਜੋ ਕਿ ਵਿਵਹਾਰ ਅਤੇ ਹੁਨਰ ਨੂੰ ਸ਼ਕਲ ਦਿੰਦੀ ਹੈ ਤਾਂ ਇਹਦੇ ਵਿੱਚ ਜਿਹੜਾ ਆਪਣੇ ਅਕੋਰਡਿੰਗ ਜਿਹੜਾ ਏ ਆਨਸਰ ਕੰਡੀਸ਼ਨਿੰਗ ਸਹੀ ਬੰਦ ਹੈ ਪਰ ਉਹਨਾਂ ਨੇ ਇਹਦਾ ਬੀ ਆਨਸਰ ਲਾਇਆ ਹੈ ਟ੍ਰੇਨਿੰਗ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈਗਾ ਤਾਂ ਇਹਦਾ ਜਿਹੜਾ ਪ੍ਰੂਫ ਹੈ ਉਹ ਆਪਣੇ ਕੋਲੇ ਇਹ ኦਪਰੇਸ਼ਨਲ ਕੰਡੀਸ਼ਨਿੰਗ ਜਿਹੜੀ ਇੱਕ ਥਿਉਰੀਆ ਤਾਂ ਇਹ ਸਾਰਾ ਜਿਹੜਾ ਸਕੈਨਰ ਦੀ ਹੈਗੀ ਹੈ ਇਹ ਦੀ ਪਰੂਫ ਹੈ ਤੁਸੀਂ ਇਸ ਪ੍ਰੂਫ ਨੂੰ ਨਾਲ ਲਾ ਕੇ ਜਿਹੜਾ ਆਬਜੈਕਸ਼ਨ ਲਾਉਣਾਗਾ ਇਹ ਵੀ ਅਸੀਂ ਗਰੁੱਪ ਦੇ ਵਿੱਚ ਭੇਜ ਦਾਂਗੇ ਤੁਸੀਂ ਟੈਲੀਗ੍ਰਾਮ ਦਾ ਗਰੁੱਪ ਵੀ ਵੱਧ ਤੋਂ ਵੱਧ ਸਾਥੀਆਂ ਨੇ ਜੁਆਇਨ ਕਰਨਾ ਤਾਂ ਕਿ ਤੁਹਾਨੂੰ ਉੱਥੇ ਪ੍ਰੂਫ ਜਿਹੜੇ ਮਿਲ ਸਕਣੋ ਇਸ ਤੋਂ ਬਾਅਦ ਆ ਚੌਥਾ ਸਵਾਲ ਆ 17 ਨੰਬਰ ਸਵਾਲ ਅਸੀਂ ਟੋਟਲ ਤੁਹਾਨੂੰ ਪੰਜ ਸਵਾਲ ਦੱਸਾਂਗੇ ਸੌਰੀ ਚਾਰ ਨਹੀਂ ਵਕ ਵਕ ਸਮੇਂ ਦੇ ਅੰਤਰਾਲ ਜਾਂ ਵਕ ਵਕ ਜਵਾਬਾਂ ਤੋਂ ਬਾਅਦ ਕਿਹੜੀ ਮਜ਼ਬੂਤ ਰੈਨਫੋਰਸਮੈਂਟ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਅਨੁਸਾਰ ਜਿਹੜਾ ਇਹਦਾ ਲਾਇਆਗਾ ਕੰਟੀਨਿਊ ਰੈਨਫੋਰਸਮੈਂਟ ਤਾਂ ਲਗਾਤਾਰ ਮਜਬੂਤੀ ਪਰ ਇਹਦਾ ਜਿਹੜਾ ਰਾਈਟ ਆਨਸਰ ਬਣੂਗਾ ਉਹ ਡੀ ਆਨਸਰ ਹੈ ਜਿਹੜਾ ਰਾਈਟ ਬਣੂਗਾ ਵੇਰੀਏਬਲ ਰੀਨਫੋਰਸਮੈਂਟ ਬਦਲਵੀਂ ਮਜਬੂਤੀ ਕਿਉਂਕਿ ਜਦੋਂ ਆਪਾਂ 2-4 ਦਿਨਾਂ ਬਾਅਦ ਆ ਬਦਲਵੀਂ ਚੀਜ਼ ਦਿੰਨੇ ਆ ਤਾਂ ਉਹਦੇ ਨਾਲ ਉਹਦਾ ਜਿਹੜਾ ਅ ਧਿਆਨ ਬਣਿਆ ਰਹਿੰਦਾਗਾ ਪਰ ਲਗਾਤਾਰ ਦੇ ਨਾਲ ਉਹਦਾ ਉਹ ਨਹੀਂ ਹੁੰਦਾ ਸਿਸਟਮ ਤਾਂ ਇਹ ਸਵਾਲ ਦਾ ਜਿਹੜਾ ਰਾਈਟ ਇਹਦਾ ਪ੍ਰੂਫ ਆਪਣੇ ਕੋਲੇ ਤਾਂ ਆ ਦਿੱਤਾ ਪਿਆ ਵੇਰੀਏਬਲ ਰੀਨਫੋਰਸਮੈਂਟ ਰੀਨਫੋਰਸਮੈਂਟ ਹੀ ਆਉਣਾ ਹੈ ਤੇ बीएਡ ਦੀ ਬੁੱਕ ਦੇ ਵਿੱਚ ਪ੍ਰੂਫ ਹੈਗਾ 14 ਨੰਬਰ ਪੇਜ ਤੋਂ 217 ਤੱਕ 14 ਨੰਬਰ ਪੇਜ ਤੇ 217 ਨੰਬਰ ਪੁਆਇੰਟ ਆ ਤਾਂ ਇਹ ਇਹ ਪ੍ਰੂਫ ਵੀ ਆਪਾਂ ਵੀਡੀਓ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਦੇ ਦਾਂਗੇ ਇਹ ਤੁਸੀਂ ਆਪਣੇ ਸਵਾਲਾਂ ਨਾਲ ਸੈੱਟ ਨਾਲ ਮਿਲਾ ਲਿਓ ਕਿ ਤੁਹਾਡਾ ਸੀ ਦੇ ਵਿੱਚ ਕਿੰਨਾ ਨੰਬਰ ਸਵਾਲ ਬੰਦਾ ਆ ਇਹ ਸਵਾਲ ਅਸੀਂ ਦੁਬਾਰਾ ਬੋਲਦੇ ਨੇ ਵੱਖ-ਵੱਖ ਸਮੇਂ ਦੇ ਅੰਤਰਾਲ ਜਾਂ ਵੱਖ-ਵੱਖ ਜਵਾਬਾਂ ਤੋਂ ਬਾਅਦ ਕਿਹੜੀ ਮਜ਼ਬੂਤੀ ਰੈਨਫੋਰਸਮੈਂਟ ਦਿੱਤੀ ਜਾਂਦੀ ਹੈ ਤਾਂ ਉਹ ਜਿਹੜਾ ਅਫੀਸ਼ੀਅਲ ਆਨਸਰ ਕੀ ਦੇ ਅਨੁਸਾਰ ਇਹਦਾ ਰਾਈਟ ਵਨ ਦਾ ਇਹ ਬੀ ਪਰ ਆਪਣੇ ਅਨੁਸਾਰ ਇਹਦਾ ਡੀ ਆਨਸਰ ਇਜ਼ ਰਾਈਟ ਹੈ ਇਹਦਾ ਇਹ ਪ੍ਰੂਫ ਆਪਣੇ ਕੋਲੇ ਹੈਗਾ ਤਾਂ ਇਸ ਤੋਂ ਬਾਅਦ 24 ਨੰਬਰ ਸਵਾਲ ਜਿਹਦੇ ਵਿੱਚ ਸਧਾਰਨ ਗੱਲਬਾਤ ਦੇ ਪੱਧਰ ਤੇ ਇੱਕ ਬੱਚਾ ਬੋਲਣ ਦੀ ਆਵਾਜ਼ਾਂ ਨਹੀਂ ਦਿੰਦਾ ਘੱਟ ਸੁਣਦਾ ਪੱਧਰ ਦੱਸੋ ਮਾਪ ਡਿਸੇਬਲ ਵਿੱਚ ਤਾਂ ਇਹ ਸਵਾਲ ਦਾ ਜਿਹੜਾ ਰਾਈਟ ਆਨਸਰ ਹੈ ਪ੍ਰੂਫ ਅਕੋਰਡਿੰਗ ਤਾਂ ਉਹ ਬੀ ਬੰਦਾ ਹੈ 20 ਤੋਂ 40 ਪਰ ਉਹਨਾਂ ਨੇ ਸੀ ਆਨਸਰ ਰਾਈਟ ਕੀਤਾ ਹੋਇਆ 60 ਤੋਂ 80 ਇਹ ਇਸ ਦਾ ਜਿਹੜਾ ਸੀ ਆਂਸਰ ਉਹਨਾਂ ਨੇ ਰਾਈਟ ਕੀਤਾ ਤਾਂ ਇਸ ਦਾ ਪ੍ਰੂਫ ਵੀ ਆਪਣੇ ਕੋਲੇ ਜਦੋਂ ਤੁਸੀਂ Google ਦੇ ਲੈਵਲ ਆਫ ਲੈਵਲ ਆਫ ਹਾਇਰਿੰਗ ਲਾਸਾ ਜਦੋਂ ਤੁਸੀਂ ਪੜ੍ਹੋਗੇ ਤਾਂ ਇੱਥੇ 20 ਤੋਂ 40 ਦਾ ਦਿੱਤਾ ਹੋਇਆ ਹੈ ਇਹ Google ਤੇ ਤੁਸੀਂ ਵੀ ਸਰਚ ਕਰ ਸਕਦੇ ਹੋ ਤੇ ਤੁਹਾਨੂੰ ਇਹ ਫੋਟੋ ਆਪਾਂ ਜਿਹੜੀ ਉੱਥੇ ਗਰੁੱਪ ਦੇ ਵਿੱਚ ਪਾ ਦਾਂਗੇ ਤੁਹਾਨੂੰ ਫਿਰ ਤੋਂ ਬੇਨਤੀ ਹੈ ਕਿ ਵੀਡੀਓ ਨੂੰ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਉਹਨਾਂ ਤੁਹਾਡਾ ਫਾਇਦਾ ਹੋਣਾ ਹੈ ਸਾਡਾ ਇਹਦੇ ਵਿੱਚ ਕੋਈ ਫਾਇਦਾ ਨੁਕਸਾਨੀ ਹੋਣਾ ਅਸੀਂ ਤੁਹਾਡੀ ਸਪੋਰਟ 'ਚ ਖੜੇ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਗ੍ਰੇ ਸੈਂਕ ਜੋ ਜਿਹੜੇ ਮਿਲਣਾਂ ਇੱਕ ਬੇਨਤੀ ਦੁਆਰਾ ਤੁਹ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਜੇਕਰ ਤੁਸੀਂ ਹਲੇ ਤੱਕ ਨਹੀਂ ਕੀਤਾ ਤੇ ਆਪਣੇ ਸਾਥੀਆਂ ਤੋਂ ਵੀ ਕਰਾ ਦਿਓ ਕਿਉਂਕਿ ਆਪਾਂ ਤੁਹਾਡੇ ਸਪੋਰਟ ਦੇ ਵਿੱਚ ਖੜੇ ਆ ਤੁਹਾਨੂੰ ਗ੍ਰੇਡ ਅੰਕ ਮਿਲਣ ਵੱਧ ਤੋਂ ਵੱਧ ਜਿਹੜੇ ਦੇ ਨੰਬਰ ਜ਼ਿਆਦਾ ਨੇ ਉਹ ਵੀ ਇਹ ਓਬਜੈਕਸ਼ਨ ਲਾ ਸਕਦੇ ਨੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਕਮੈਂਟ ਬਾਕਸ ਦੇ ਵਿੱਚ ਦਿੱਤਾ ਇੱਕ ਟੈਲੀਗ੍ਰਾਮ ਲਿੰਕ ਉਸ ਨੂੰ ਜੁਆਇਨ ਕਰ ਲਓ ਉੱਥੇ ਫੇਰ ਹੀ ਅਸੀਂ ਤੁਹਾਨੂੰ ਪ੍ਰੂਫ ਭੇਜਾਂਗੇ ਜੇਕਰ ਤੁਸੀਂ ਉਸੇ ਜੁਆਇਨ ਕੀਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ education department ਦੀ ਹਰ ਇੱਕ ਅਪਡੇਟਸ ਜਾਣਨ ਲਈ ਸਾਡਾ ਚੈਨਲ ਮਾਸਟਰ ਕਿਡਰ ਯੂਨੀਅਨ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ